ਇੱਥੇ ਤਸਵੀਰ ਲੈਣੀ। ਮਵੇਸ਼ੀ ਮੰਡੀ ਪੰਜਾਬ ਅਫੀਸ਼ੀਅਲ ਮੈਂ ਨਾਜ਼ਰੀਨ ਆਪਕੋ ਵੈਲਕਮ ਕਹਿਤਾ ਹੂੰ। ਔਰ ਆਜ ਮੈਂ ਮੌਜੂਦ ਹੂੰ ਫਤਿਹਪੁਰ ਮਵੇਸ਼ੀ ਮੰਡੀ ਮੇਂ, ਔਰ ਆਪਕੋ ਬਛੜੀਆਂ ਦਿਖਾਤੇ ਹੈਂ। ਮੇਰੇ ਸਾਹਮਣੇ ਮੌਜੂਦ ਹੈਂ ਕਾਫੀ ਤਾਦਾਦ ਮੇਂ, ਔਰ ਮੇਰੇ ਸਾਥ ਦਾਦੂ ਖਾਨ ਮੌਜੂਦ ਹੈਂ, ਔਰ ਉਨਕਾ ਆਪਣਾ ਫਾਰਮ ਹੈ ਮਦਨੀ ਬਛੜੀ ਫਾਰਮ, ਚੱਕ ਨੰਬਰ 228 ਫਤਿਹਪੁਰ। ਔਰ ਇਨਸੇ ਬਾਤਚੀਤ ਕਰੇਂਗੇ ਕਿ ਆਜ ਕਿਤਨੀ ਬਛੜੀ ਲਾਈ ਹੈਂ। ਅੱਛਾ ਦਾਦੂ ਖਾਨ, ਅੱਜ ਕਿਤਨੀਆਂ ਬਛੜੀਆਂ ਲਾਏ ਹੈਂ? ਅੱਲਾ ਕਾ ਸ਼ੁਕਰੀਆ, ਅੱਜ 9 ਲਾਇਆ ਤਾਂ ਕੋ 4 ਵਿਕਾ, ਬਾਕੀ ਖੜਾ। ਅੱਛਾ, ਬਾਕੀ ਖੜਾ ਹੈ। ਅੱਜ ਇਹ ਕੌਣ ਕੌਣ ਸੀ ਨਸਲ ਮੇ ਲਾਏ ਹੈਂ? ਫਰੀਜ਼ਨ, ਆਸਟ੍ਰੇਲੀਆ, ਡੱਚ। ਠੀਕ ਹੈ, ਇਹ ਰੈੱਡ ਵਨ। ਅੱਛਾ, ਇਹ ਰੈੱਡ ਵਨ ਮੇ ਹੈ? ਨਹੀਂ, ਇਹ ਹੈ 6 ਸੈਮਨ ਵਾਲਾ। ਅੱਛਾ, 6 ਸੈਮਨ ਵਾਲਾ। ਹਾਂ, ਇਸ ਕੋ ਅਸਾ ਬੋਲਤਾ ਨੁਕਰੀ। ਅੱਛਾ, ਨੁਕਰੀ ਹੈ ਜੀ। ਇਸ ਤਰ੍ਹਾਂ ਰੈੱਡ ਰੈੱਡ ਵਨ ਇਧਰ ਆ। ਇਹ ਅਲੀ ਮੂੰਹ ਦੋ ਦਾਂਤ ਹੈ। ਅੱਛਾ, ਦੋ ਦਾਂਤ ਹੈ? ਸਿਰਫ ਦੋ ਦਾਂਤ। ਉਹ ਕੀੜਾ 13 ਮਹੀਨੇ ਕਾ। ਅੱਛਾ, ਇਹ ਅੰਦਰ ਸੇ ਖਾਲੀ ਹੈ? ਬਿਲਕੁਲ, ਅਭੀ ਬੱਚਾ ਹੈ ਜੀ। ਠੀਕ ਹੈ, ਦੋ ਦੋ ਗਾਨੇ ਸਿਨੇਮੇ ਕੋ। ਅੱਛਾ ਅੱਛਾ, ਇਸ ਕਾ ਕੋਈ ਡਿਮਾਂਡ ਸ਼ਿਮਾਂਡ ਕੋਈ? ਡਿਮਾਂਡ ਇਸ ਕਾ 1.5 ਲੱਖ ਹੈ। ਅੱਛਾ, 1.5 ਲੱਖ ਕਰ ਰਹੇ ਹਾਂ। ਹਾਂ, ਤੂੰ ਬਸ਼ੀਰੋ ਮਿਲੋ। ਅੱਛਾ, ਔਰ ਇਸ ਕਾ ਕਿਤਨਾ ਕਰ ਰਹੇ ਹੈਂ? ਇਸ ਕਾ 1.25। 1.25? ਹਾਂ ਜੀ। ਅੱਛਾ, ਇਸ ਮੇਂ ਕੋਈ ਕਮੀ ਪੇਸ਼ੀ ਵੀ ਹੋ ਜਾਏਗਾ? ਦੇਖੋ ਜੀ, ਜਬ ਇਨਸਾਨ ਆਤਾ ਹੈ ਕਿਸੀ ਕੇ ਦਰ ਪੇ, ਠੀਕ ਹੈ, ਇਤਨਾ ਸਫਰ ਕਰਕੇ ਇਤਨਾ ਵੀ ਹਮ ਲੋਗ ਬਲੋਚੇ ਕੌਮ ਕਾ ਇੱਜ਼ਤ ਦੇਗਾ। ਠੀਕ ਹੈ, ਬਾਕੀ ਇਹ ਚੀਜ਼ ਨਹੀਂ ਹੈ, ਮੰਗਾ ਮੌਤ ਤੋ ਖੁਦਾ ਵੀ ਨਹੀਂ ਦੇਤਾ, ਇੱਕ ਮਿਸਾਲ ਬਣਾ। ਬਿਲਕੁਲ, ਬਾਕੀ ਇਨਸ਼ਾਅੱਲਾ ਮੁਹੱਬਤ ਹੋਗਾ, ਕੋਈ 10 ਲੇਤਾ ਤਾਂ ਹੋਰ ਰਿਆਤ ਹੋਗਾ। ਠੀਕ, ਅਗਰ 1 ਲੇਗਾ ਤਾਂ 10 ਪੈਸੇ ਰਿਆਇਤ ਨਹੀਂ ਕਰੇਗਾ। ਅੱਛਾ, ਕਿਉਂਕਿ ਉਹ ਮਿਸਾਲ ਹੈ ਗੰਜੀ ਦੋਵੇ ਕੀ ਨਾ ਪੀੜੇ ਕੀ। ਠੀਕ ਹੈ, ਫਾਇਦੇ ਨਹੀਂ। 10 ਲੇਗਾ 2,000 ਛੋੜੇਗਾ ਤਾਂ ਉਸਕੋ 20 ਬਚੇਗਾ, ਹਮਾਰੇ ਕੋ 3 ਲੇਗਾ ਤੋ 60,000 ਬਚ ਜਾਏਗਾ, ਇਸ ਮਿਸਾਲ ਕਾ। ਬਿਲਕੁਲ ਸਹੀ ਕਹਿ ਰਹੇ ਹੈਂ। ਅੱਛਾ, ਇਹ ਕੌਣ ਸੀ ਹੈ? ਇਹ ਫਰੀਜ਼ਨ ਮੇਂ? ਹਾਂਜੀ, ਇਹ ਫਰੀਜ਼ਨ। ਅੱਛਾ, ਇਹ ਵੀ ਖੀਰੀ ਹੈ? ਹਾਂ, ਖੀਰੀ। ਠੀਕ ਹੈ, ਔਰ ਇਸ ਕੀ ਕਿਤਨੀ ਡਿਮਾਂਡ ਕਰ ਰਹੇ ਹੈਂ? ਇਸ ਕਾ 1.40। 1.40 ਮੰਗ ਰਹੇ ਹੈਂ? ਹਾਂਜੀ। ਠੀਕ ਹੈ, ਔਰ ਇਹ 7 ਵਾਲੀ? 1.20। ਅੱਛਾ, 1.20 ਹੈ ਉਹ ਵਾਲਾ ਜੋ ਹੈ, ਇਹ 2 ਦਾਂਤ ਹੈ। ਅੱਛਾ, ਇਹ ਵੀ 2 ਦਾਂਤ ਹੈ? ਇਹ 2 ਦਾਂਤ ਹੈ। ਅੱਛਾ, ਇਸ ਕਾ 1.15। 1.15 ਮੰਗ ਰਹੇ ਹੈਂ। ਇਹ ਵੀ ਅੰਦਰ ਸੇ ਖਾਲੀ ਹੈ ਅਭੀ? ਹਾਂ, ਅਭੀ ਸਾਰਾ ਸੈਮੀਨੇਟ ਹੋਣੇ ਵਾਲਾ। ਠੀਕ ਹੈ, ਅਭੀ ਹੋਣੇ ਵਾਲਾ ਹੈ। ਅੱਛਾ ਦਾਦੂ ਖਾਨ, ਜੇ ਕਾਰਗੋ ਵੀ ਕਰਤਾ ਹੈ? ਹਾਂ ਜੀ, ਆਲ ਪਾਕਿਸਤਾਨ ਕਾਰਗੋ ਹੈ ਮੇਰਾ ਭਾਈ। ਠੀਕ ਹੈ, ਤੇ ਅੱਲਾ ਕੇ ਫਜ਼ਲ। ਅੱਛਾ, ਆਪਣਾ ਨਾ ਇੱਕ ਵਾਰ ਫਿਰ ਫਾਰਮ ਕਾ ਨਾਮ ਬਤਾ ਦੇ, ਪਤਾ ਵੀ ਬਤਾ ਦੇ। ਬਿਸਮਿਲਲਾ, ਹਮਾਰੇ ਫਾਰਮ ਕਾ ਨਾਮ ਹੈ ਮਦਨੀ ਬਛੜੀ ਫਾਰਮ। ਠੀਕ, ਹਮਾਰੀ ਲੋਕੇਸ਼ਨ ਹੈ ਜ਼ਿਲ੍ਹਾ ਲਈਆ, ਸ਼ਹਿਰ ਫਤਿਹਪੁਰ, ਚੱਕ ਨੰਬਰ 228 TDA। ਠੀਕ ਹੈ, ਔਰ ਇਨਸ਼ਾਅੱਲਾ ਤਾਲਾ ਧੋਖੇ ਵਾਲੀ ਬਾਤ ਨਹੀਂ, ਹੱਕ ਕਲਾਲ ਦਾ ਰਿਜ਼ਕ ਲੈਣਾ, ਅੱਲਾ ਹਰ ਮੁਸਲਮਾਨ ਨੂੰ ਹਦਾਇਤ ਦੇਵੇ। ਹੁਣ ਦੇਖੋ, ਅਸੀਂ ਆਪਣੇ ਆਖਰੀ ਪਿਆਰੇ ਮੇਂ ਹੈ ਨਾ, ਬਿਲਕੁਲ ਉਮਰ ਕੇ ਤਕਾਜ਼ੇ ਸੇ। ਜਬ ਇਨਸਾਨ ਬੁੜਾ ਹੋਤਾ ਹੈ ਤਾਂ ਹਸਰਤ ਬੜਾ ਹੋ ਜਾਤਾ ਹੈ। ਬਿਲਕੁਲ ਸਹੀ, ਜਬ ਹਸਰਤ ਕੋ ਮਾਰੇਗਾ ਤਾਂ ਇਨਸਾਨ ਬੜਾ ਹੋ ਜਾਏਗਾ। ਬਿਲਕੁਲ ਬਿਲਕੁਲ, ਬਾਤ ਇਹ ਕਿ ਰਿਜ਼ਕ ਹੱਕ ਕਲਾਲ ਕਾ ਲੇਤਾ, ਨਸਲੀ ਔਰ ਵੈਰਾਈਟੀ ਮੇਰੇ ਪਾਸ ਹੋਤਾ ਹੈ। ਠੀਕ ਹੈ ਜੀ। ਅੱਛਾ, ਆਪਕੇ ਪਾਸ ਤਕਰੀਬਨ ਕਿਤਨੇ ਸੇ ਸ਼ੁਰੂ ਹੋਕਰ ਕਿਤਨੇ ਮੇਂ ਡਿਮਾਂਡ? 60 ਸੇ ਸ਼ੁਰੂ ਹੋਤਾ ਹੈ, 1,40,000 ਤੱਕ ਜਾਤਾ ਹੈ। ਪ੍ਰੈਗਨੈਂਟ ਵੀ ਹੋਤਾ ਹੈ, 3 ਮਹੀਨੇ 4 ਮਹੀਨੇ ਕੱਚਾ। ਅੱਛਾ, ਕੱਚਾ ਪ੍ਰੈਗਨੈਂਟ ਵੀ ਹੋਤਾ ਹੈ। ਠੀਕ ਹੈ, ਅੱਛਾ, ਅੱਲਾ ਕੇ ਫਜ਼ਲ ਓ ਕਰਮ ਸੇ ਜਾਇਜ਼ ਰੇਟ ਹੋਤਾ ਹੈ। ਠੀਕ ਹੈ, ਔਰ ਨਸਲੀ ਹੋਤਾ ਹੈ, ਸਾਰਾ ਇੰਪੋਰਟਡ ਮਾਲ ਹੋਤਾ ਹੈ। ਇੰਪੋਰਟ, ਔਰ ਬੁੱਧ ਜੁਮਰਾਤ ਤੇ ਜੁਮਾ 3 ਦਿਨ ਸੇਲ ਕੋਤੇ ਤੇ ਮੇਰਾ ਸ਼ਹਿਰ ਹੈ ਨਾ। ਜੀ ਜੀ, ਬਿਲਕੁਲ ਆ ਗਿਆ। ਠੀਕ ਹੈ, ਤੋ 60-65 ਬਚੜੀ ਹੋਤਾ ਹੈ, ਜਿਸ ਮੇਂ ਪ੍ਰੈਗਨੈਂਟ ਵੀ ਹੋਗਾ, ਫੇਰੀ ਵੀ ਦੁੰਦੀ। ਠੀਕ ਹੈ, ਅੱਛਾ, ਆਪਣਾ ਵਟਸਐਪ ਨੰਬਰ ਬਤਾ। ਮੇਰਾ ਵਟਸਐਪ ਨੰਬਰ 0301-9699-213। ਠੀਕ ਹੈ, ਅੱਛਾ, ਅਗਰ ਮੇਰੇ ਕੋਈ ਚੈਨਲ ਕਾ ਵਾਲਾ ਦੇਤਾ ਹੈ ਜਾਂ ਮੇਰੇ ਚੈਨਲ ਕੀ ਮਾਰਫਤ ਸੇ ਆਤਾ ਹੈ? ਬਿਲਕੁਲ ਕਰੇਗਾ, ਜ਼ਰੂਰ ਕਰੇਗਾ। ਠੀਕ ਹੈ, ਕਿਉਂਕਿ ਤੁਮ ਹਮਾਰਾ ਉਸਤਾਦ ਹੈ, ਹਮਾਰਾ ਪਬਲਿਕ ਸਿਟੀ ਕਰਤਾ ਹੈ। ਬਿਲਕੁਲ ਬਿਲਕੁਲ ਸਹੀ ਹੈ। ਅੱਲਾ ਪਾਕ ਤੇਰੇ ਕੋ ਵੀ ਇੱਜ਼ਤ ਦੇਤੇ ਔਰ ਰਿਜ਼ਕ ਮੇਂ ਇਜ਼ਾਫਾ ਹੋ, ਇਤਨੀ ਮਿਹਨਤ ਤੇ ਮਿਹਨਤ ਸੱਚ ਕਾ ਕਾਰ। ਬਿਲਕੁਲ, ਫਰਾਡ ਨਾ ਕਰ, ਤੋ ਰਿਜ਼ਕ ਬਹੁਤ, ਰਿਜ਼ਕ ਇਨਸਾਨ ਦੇ ਪਿੱਛੇ ਚੱਲ। ਬਿਲਕੁਲ ਬਿਲਕੁਲ, ਅਸਾਂ ਜੋ ਹੈ ਭਟਕਾ ਹੋਆ ਰਸਤੇ, ਭਟਕਾ ਹੈ, ਬੋਲਤਾ ਮੈਂ ਚਲਾਕੀ ਸੇ ਕਮਾ ਲਿਆ, ਮੈਂ ਹੁਸ਼ਿਆਰੀ ਸੇ ਨਹੀਂ, ਮਿਹਨਤ ਰਿਜ਼ਕ ਅੱਲਾ ਨੇ ਜੋ ਲਿਖਾ ਹੋਇਆ ਮੇਰੇ। ਬਿਲਕੁਲ ਸਹੀ ਕਹਿ ਰਹੇ ਹੋ। ਗਾੜੀ ਤੇਰੀ ਚਾਹੀਦੀ ਤੋ ਦੁਆ ਕਰ ਵਿੱਚ। ਨਾਜ਼ਰੀਨ, ਜੇ ਬਛੜੀਆਂ ਜੋ ਥੀ ਮਦਨੀ ਬਛੜੀ ਫਾਰਮ ਸੇ ਲਾਈ ਗਈ ਹੈਂ, ਔਰ ਦਾਦੂ ਖਾਨ ਨੇ ਬਤਾਇਆ, ਇਨਕੀ ਡਿਮਾਂਡ ਵੀ ਬਤਾਈ ਹੈ, ਆਪਕੋ ਨੰਬਰ ਵੀ ਬਤਾਇਆ ਹੈ, ਔਰ ਇਨਕਾ ਰੇਟ ਵੀ ਮੁਨਾਸਿਬ ਹੋਤਾ ਹੈ, ਪੂਰੇ ਪਾਕਿਸਤਾਨ ਮੇਂ ਕਾਰਗੋ ਕਰਤੇ ਹੈਂ, ਔਰ ਆਪ ਇਨਸੇ ਰਾਬਤਾ ਕਰ ਸਕਤੇ ਹੈਂ, ਆਪ ਮੇਰੇ ਚੈਨਲ ਕਾ ਵੀ ਹਵਾਲਾ ਦੇ ਸਕਤੇ ਹੈਂ, ਆਪਕੋ ਮਜ਼ੀਦ ਡਿਸਕਾਊਂਟ ਦੇਂਗੇ, ਔਰ ਅਸੀਂ ਇਹ
ناظرین میں اسی کے ساتھ ہی جانا چاہوں گا، نیکسٹ ویڈیو کے ساتھ ملتے ہیں، تب تک کے لیے اللہ حافظ۔